ਫਿਰ ਅਸੀਂ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਆਪਣੀ ਮੁਹੱਬਤ ਔਰ ਦੋਸਤੀ ਦੇ ਨਾਲ। ਸਿੱਖ ਮੁਸਲਿਮ ਦੋਸਤੀ ਜ਼ਿੰਦਾਬਾਦ, ਸਿੱਖ ਮੁਸਲਿਮ ਦੋਸਤੀ ਜ਼ਿੰਦਾਬਾਦ। ਇਹ ਉਹ ਦਰਵਾਜ਼ਾ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਕਿਹਾ ਸੀ ਕਿ ਇੱਥੋਂ ਦੀ ਆਓ ਅਤੇ ਰੱਬ ਦੀ ਇਬਾਦਤ ਕਰੋ। ਨਨਕਾਣਾ ਸਾਹਿਬ ਵਿਖੇ ਵਾਪਰੇ ਕਾਂਡ ਤੋਂ ਬਾਅਦ ਹੁਣ ਪਾਕਿਸਤਾਨ ਸਥਿਤ ਮੁਸਲਿਮ ਭਾਈਚਾਰੇ ਦੇ ਵੱਲੋਂ ਖੁਦ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਘਟਨਾ ਦੇ ਲਈ ਅਫਸੋਸ ਜ਼ਾਹਿਰ ਕੀਤਾ। ਉਹਨਾਂ ਨਨਕਾਣਾ ਸਾਹਿਬ ਦੇ ਗੇਟ ਦੇ ਉੱਤੇ ਵੀ ਫੁੱਲ ਭੇਟ ਕੀਤੇ ਨੇ। ਉਹ ਜਗ੍ਹਾ ਜਿੱਥੇ ਕੱਲ੍ਹ ਇਹਤਜਾਜ ਹੋਇਆ ਸੀ ਔਰ ਦੁਨੀਆਂ ਦੇ ਵਿੱਚ ਇੱਕ ਤੱਕ ਫੈਲ ਗਈ ਹੈ ਕਿ ਨਨਕਾਣਾ ਸਾਹਿਬ ਦੇ ਗੇਟ ਦੇ ਉੱਤੇ ਹਮਲਾ ਹੋਇਆ, ਬਿਲਕੁਲ ਹੋਇਆ ਸੀ, ਕਿਉਂਕਿ ਉਹ ਫਰਦ ਵਾਹਦ ਸੀ ਜਿਹਨੇ ਕੁਛ ਬੱਚਿਆਂ ਨੂੰ ਜਮ੍ਹਾਂ ਕੀਤਾ ਔਰ ਉਹਨਾਂ ਇੱਥੇ ਆ ਕੇ ਇਹਤਜਾਜ ਕੀਤਾ। ਸੋ ਪੂਰਾ ਅੱਜ ਇਸਲਾਮ ਜਿਹੜੇ ਪਾਕਿਸਤਾਨ ਦੇ ਮੁਸ਼ਾਇਖ ਕੌਂਸਲਾਂ ਦਾ ਨਿਚੋੜ ਸਾਰਾ ਇੱਥੇ ਮੌਜੂਦ ਹੈ। ਹਜ਼ਰਤ ਮੀਆਂ ਮੀਰ ਸਾਹਿਬ ਦੇ ਗੱਦੀ ਨਸ਼ੀਨ ਇੱਥੇ ਮੌਜੂਦ ਨੇ ਜਿਹਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਔਰ ਉਹਨਾਂ ਇੱਥੇ ਅੱਜ ਡਿਕਲੇਅਰ ਕਰ ਦਿੱਤਾ ਕਿ ਇਸਲਾਮ ਦੇ ਵਿੱਚ ਉਹ ਬੰਦਾ ਹੈ ਹੀ ਨਹੀਂ ਜਿਹੜਾ ਕਿਸੇ ਦੂਸਰੇ ਦੇ ਮਜ਼ਹਬੀ ਇਬਾਦਤ ਗਾਹ ਦੇ ਉੱਤੇ ਉਹਦੀ ਬੇਹੁਰਮਤੀ ਕਰੇ। ਸੋ ਇਹ ਸਾਰੇ ਲੋਕ ਇਹ ਫੁੱਲ ਲੈ ਕੇ ਆਏ ਨੇ ਉਸ ਜਗ੍ਹਾ ਦੇ ਉੱਤੇ ਜਿੱਥੇ ਕੱਲ੍ਹ ਇਹਤਜਾਜ ਹੋਇਆ ਸੀ ਔਰ ਇਹ ਸਾਰੇ ਸਾਡੇ ਉਲਮਾਏ ਕਰਾਮ ਇਸ ਗੇਟ ਦੇ ਉੱਤੇ ਫੁੱਲ ਪਾਉਣਗੇ ਔਰ ਗੁਰੂ ਨਾਨਕ ਸਾਹਿਬ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਔਰ ਸਾਡੇ ਉਹਦੇ ਨਾਲ ਹੀ ਸਾਡੇ ਨਾਲ ਸਿੱਧੂ ਸਾਹਿਬ ਵੀ ਆਏ ਨੇ। ਸਿੱਧੂ ਸਾਹਿਬ ਵੀ ਆਪਣਾ ਪੈਗਾਮ ਦੇਣਗੇ ਔਰ ਉਲਮਾਏ ਕਰਾਮ ਜਿਹੜੇ ਨੇ ਉਸ ਗੇਟ ਦੇ ਉੱਤੇ ਫੁੱਲ ਪਾਉਣਗੇ। ਜੀ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਜੀ ਕਿ ਜਿਹੜਾ ਕਿਸੇ ਇੱਕ ਬੰਦੇ ਨੇ ਕੋਈ ਹਰਕਤ ਇਹੋ ਜਿਹੀ ਮਾੜੀ ਕੀਤੀ ਹੈ ਉਹ ਅਸੀਂ ਉਹਨੂੰ ਕਿਸੇ ਸੂਰਤ ਵੀ ਪਸੰਦ ਨਹੀਂ ਕਰਦੇ, ਨਾ ਉਹ ਸੋਚ ਸਾਡੀ ਸੋਚ ਹੈ। ਸਾਡੀ ਸੋਚ ਹੈ, ਉਲਮਾ ਇਕਰਾਮ ਵੀ ਖੜ੍ਹੇ ਨੇ, ਸਾਰੇ ਮੁਸਲਮਾਨ ਭਰਾ ਵੀ ਖੜ੍ਹੇ ਨੇ, ਸਾਰੇ ਸਿੱਖ ਭਰਾ ਵੀ ਖੜ੍ਹੇ ਨੇ। ਸਾਡੀ ਸੋਚ ਇਹ ਹੈ ਕਿ ਅਸੀਂ ਹੱਥਾਂ ਵਿੱਚ ਫੁੱਲ ਚੁੱਕ ਕੇ ਇਹਨਾਂ ਫੁੱਲਾਂ ਦੀ ਤਰ੍ਹਾਂ ਅਸੀਂ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਆਪਣੀ ਮੁਹੱਬਤ ਔਰ ਦੋਸਤੀ ਦੇ ਨਾਲ। ਸਿੱਖ ਮੁਸਲਿਮ ਦੋਸਤੀ ਜ਼ਿੰਦਾਬਾਦ, ਸਿੱਖ ਮੁਸਲਿਮ ਦੋਸਤੀ ਜ਼ਿੰਦਾਬਾਦ। ਇਹ ਉਹ ਦਰਵਾਜ਼ਾ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਕਿਹਾ ਸੀ ਕਿ ਇੱਥੋਂ ਦੀ ਆਓ ਅਤੇ ਰੱਬ ਦੀ ਇਬਾਦਤ ਕਰੋ, ਕਿ ਰੱਬ ਦੀ ਇਬਾਦਤ ਗੁਰੂ ਨਾਨਕ ਸਾਹਿਬ ਨੇ ਦਰਵਾਜ਼ਾ ਲੋਕਾਂ ਨੂੰ ਦੱਸਿਆ। ਕੋਈ ਵੀ ਹੋਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। اب وقت ہے وہی اولیاء اللہ ملک میں اس قسم کے انتشار اور فساد پسند، اگر حق کے لیے آواز نہ اٹھائی جائے، اگر باطل کے لیے اٹھائی جائے تو علامہ اقبال صاحب کہتے ہیں کہ نعرہ تکبیر بھی فتنہ، تو ایسی بات نہیں ہے۔ جو شخص ایک فرد واحد صرف اپنی ذاتی رنجش کی بنا پر وہ یہاں پر پہنچا اور اس نے یہاں پر ایک اسلام کا کارڈ کھیلنے کی کوشش کی اور اس اپنے تمام تر ذاتی لڑائی کو اسلام کی لڑائی پہ ڈکلیئر کرنے کی شروع کی، میں اس کی سختی سے دربار عالیہ حضرت میاں میر صاحب کی جانب سے سختی سے مخالفت کرتا ہوں۔ اور اس کے ساتھ ساتھ میرے ساتھ تشریف لائے پیر اختر رسول صاحب، جی یو پی نیازی گروپ کے صدر ہیں نامہ اعجاز قادری صاحب، اور جمعیت علماء پاکستان، جماعت اسلامی پاکستان، جماعت اسلامی پاکستان کے صدر جو تشریف لائے ہیں، وہ تشریف لائے ہیں ڈاکٹر شریف طارق شریف زادہ صاحب جو کہ اسلامک سکالر ہیں بہت بڑے۔ بے شک ایک گل سچ ہے ਕਿ ਨਨਕਾਣਾ ਸਾਹਿਬ ਦੇ ਗੇਟ ਦੇ ਉੱਤੇ ਕੁਝ ਕੁ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਅਤੇ ਗੇਟ ਦੇ ਬਾਹਰ ਹੀ ਪ੍ਰਦਰਸ਼ਨ ਕਰਕੇ ਸਿੱਖਾਂ ਖਿਲਾਫ ਕਾਫੀ ਨਫ਼ਰਤ ਭਰੇ ਬੋਲ ਬੋਲੇ ਗਏ ਅਤੇ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਵੀ ਗੱਲ ਕੀਤੀ ਗਈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਮੁੱਚੇ ਮੁਸਲਿਮ ਭਾਈਚਾਰੇ ਦੇ ਬਾਰੇ ਕੋਈ ਗਲਤ ਧਾਰਨਾ ਬਣਾਈ ਜਾਵੇ। ਪਹਿਰੇਦਾਰ ਟੀਵੀ ਦੇ ਲਈ ਮੇਜਰ ਸਿੰਘ ਦੀ ਰਿਪੋਰਟ।